ਉਹਨਾਂ ਆਪੇ ਗਿਆ ਯਾਰ ਟੱਟੀਆਂ ਲੱਗ ਗਿਆ, ਅਸੀਂ ਥੋੜੀ ਗਈ ਆ, ਆਪੇ ਗਿਆ। ਮੈਂ ਤਾਂ ਸਵੇਰੇ ਦੇਖਣ ਡਿਆ ਉਹ ਆਪੇ ਕਹੀ ਜਾਂਦੇ ਕਿ ਅੱਜ ਮਜੀਠੀਆ ਸਾਹਿਬ ਜਾਣਗੇ ਜੀ। ਮੈਂ ਤਾਂ ਤੁਹਾਡੇ ਯਾਰ ਚੈਨਲ ਤੋਂ ਦੇਖਿਆ, ਤੁਸੀਂ ਲਾਉਂਦੇ ਹੋ, ਆਪੇ ਕਹੀ ਜਾਂਦੇ। ਅੱਜ ਸੁਖਬੀਰ ਥੋੜੀ ਬਿਮਾਰ ਹੋ ਗਏ, ਹੁਣ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਹੀ ਜਾਣ ਜਿਹੜਾ ਮਰਜ਼ੀ ਆਵੇ ਜੀ। ਸਾਨੂੰ ਕੋਈ ਦੀਜੀ ਪਰਿਵਾਰ ਬਚਾਊ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ। ਅਜੇ ਤੇ ਮੇਰਾ ਖਿਆਲ ਰਹਿੰਦੇ ਹੋਣਾ, ਅੱਧਾ ਪੰਜਾਬ ਰਹਿੰਦਾ ਹੋਣਾ, ਤੇ ਪਤਾ ਨੀ ਹੋਰ ਕਿਹੜੀ ਕਿਹੜੀ ਬਿਮਾਰੀ ਆ ਜੇ। ਮਾਤਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ, ਉਹ ਸਿਹਤ ਠੀਕ ਕਰਨ। ਤੇ ਸਰ ਜਿਹੜੀ ਅਕਾਲੀ ਦਲ ਦੀ ਹਾਲਤ ਹੋ ਰਹੀ ਹੈ ਪੰਜਾਬ 'ਚ, ਆਪਣੇ ਅੱਖੀ ਦੇਖਣ ਜ਼ਿਆਦਾ ਵੀ ਕੀ ਹਾਲਤ ਹੋ ਰਹੀ ਹੈ। ਅਜੇ ਤੇ ਗਰਮੀ ਵੀ ਆਈ ਜਦ ਪਹਿਲਾਂ ਬਿਮਾਰ ਹੋ ਗਏ। ਡਾਇਰੀਆ ਹੋ ਗਿਆ ਜੀ, ਹੈਂ ਡਾਇਰੀਆ ਹੋ ਗਿਆ, ਇਹ ਬਿਮਾਰੀ ਬੜੀ। ਮੈਂ ਤਾਂ ਹੈਰਾਨ ਹਾਂ ਮੀਰਾ ਦੇ ਬੱਚਿਆਂ ਦੇ, ਇਹ ਸਰ ਕਾਕੇ ਨੇ, ਚਾਰ ਦਿਨ ਅਜੇ ਧੁੱਪ ਪਈ ਨੀ, ਉੱਤੇ ਛਤਰੀ ਲਾਈ ਆ ਬਾਪੂ ਵਾਲੀ, ਸਮਝੇ ਦੀ ਗੱਲ। ਅਜੇ ਤੇ ਆਉਣਾ ਮਈ ਤੇ ਆਉਣੀ, ਅਜੇ ਤੇ ਦਿਹਾੜੀ ਦੀਆਂ 15-15-20 ਮੀਟਿੰਗਾਂ ਅਸੀਂ ਕਰਦੀਆਂ, ਤੇ ਅੱਜ ਹੀ ਜੇ ਉਹ ਪੰਜਾਬੀ ਚ ਕੀ ਕਹਿੰਦੇ ਬਿਮਾਰੀ ਨੂੰ ਦੱਸ ਹੁਣ, ਹੈਂ ਪੰਜਾਬੀ ਚ ਵੀ ਦੱਸੋ ਨਾ, ਪੰਜਾਬੀ ਚ ਕਹਿੰਦੇ ਵੀ ਟੱਟੀਆਂ ਲੱਗ ਗਿਆ ਬੰਦੇ। ਇਹ ਅਜੇ ਤੇ ਯਾਰ ਮੈਦਾਨ ਵੀ ਭਖਿਆ, ਟੱਟੀਆਂ ਪਹਿਲਾਂ ਹੀ ਲੱਗ ਗਈਆਂ। ਮੈਨੂੰ ਤਾਂ ਹਿੱਸਾ ਲੱਗਦਾ ਸੀ ਮੈਦਾਨ ਤੇ ਭਖਣ ਦਿਓ ਪਿਓ ਦੇ ਪੁੱਤੋ, ਗਾੜੀ ਆਓ ਤੇ ਹੀ ਭਗਵੰਤ ਮਾਨ ਦੇ ਅੱਗੇ ਦਿਓ, ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਰ। ਮੈਂ ਤਾਂ ਹੈਰਾਨ ਆ ਕਿ ਮਤਲਬ ਹੁਣ ਪਤਾ ਨੀ ਇਹ ਸਰੀਰਕ ਟੱਟੀਆਂ ਨੇ ਕਿ ਪੋਲੀਟੀਕਲ ਟੱਟੀਆਂ ਨੇ। ਇਹ ਟੱਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ, ਪਰ ਮੈਨੂੰ ਲੱਗਦਾ ਪੋਲੀਟੀਕਲ ਟੱਟੀਆਂ ਜਾਂਦੀਆਂ, ਕਿਉਂਕਿ ਸਰਦਾਰਾਂ ਦੇ ਬੱਚੇ ਆ, ਕਾਕੇ ਆ, ਖਾਣ ਪੀਣ ਚ ਤਾਂ ਖਿਆਲ ਰੱਖਦੇ ਆ। ਮੈਨੂੰ ਲੱਗਦਾ ਕਿ ਰਾਜ ਸੀ ਮਤਲਬ ਟੱਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲੋਂ ਕੱਲ ਪ੍ਰਚਾਰ ਕਰਾਉਣ ਡੇ ਸੀ, ਮਤਲਬ ਕੰਮ ਨਿਬੜ ਗਿਆ ਅਕਾਲੀ ਦਲ ਦਾ ਵੀ, ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ। ਸੋ ਬਹੁਤ ਵਧੀਆ ਢੰਗ ਦੇ ਨਾਲ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ, ਕਹਿੰਦੇ ਬਹੁਤ ਵਧੀਆ ਸਰ। ਉਹ ਪਹਿਲਾਂ ਸਾਰੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ, ਤੁਸੀਂ ਜਦ ਇੰਗਲਿਸ਼ ਦਾ ਬਹੁਤ ਹੀ ਬੋਲਿਆ ਕਰੋ, ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ। ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ, ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ, ਸਮਝਦੇ ਦੀ ਗੱਲ। ਤਾਪਮਾਨ ਨੂੰ ਦੇਖ ਕੇ ਨਿਕਲਦੇ ਆ, ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ, ਜੇ ਤਾਪਮਾਨ ਹੋ ਗਿਆ ਜ਼ਿਆਦਾ, ਗਰਮੀ ਜ਼ਿਆਦਾ ਫਿਰ ਕਹਿੰਦੇ ਚਲੋ AC ਚੱਲਦੇ, ਛੱਡੋ ਪੰਜਾਬ ਦਾ ਕੀ ਕਰਨਾ। ਆਹ ਉਹਨਾਂ ਦੀ ਹਾਲਤ ਹੈ, ਸਮਝਦੇ ਨੀ ਬੋਲੇ ਕੋਈ 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 ਸਰ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ। ਔਰ ਮੈਂ ਤਾਂ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਰਹੀ ਆ, ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਰਕਰ ਘਰ ਨਹੀਂ ਪਊਗਾ। ਅਸੀਂ ਸਭ ਲੋਕ ਵਿੱਚ MLA ਮੰਤਰੀ ਕੈਂਡੀਡੇਟ ਰਾਤ ਦਿਨ ਇੱਕ ਕਰ ਦਾਂਗੇ, ਸਾਡੇ ਲਈ ਤਾਪਮਾਨ 32 ਡਿਗਰੀ ਵੀ ਓਦਾਂ ਦਾ, 40 ਵੀ ਓਦਾਂ ਦਾ, 50 ਵੀ ਓਦਾਂ ਦਾ, 20 ਵੀ ਓਦਾਂ ਦਾ, ਜਿੱਦਾਂ ਦਾ ਤਾਪਮਾਨ ਹੋਊਗਾ। ਸਰ ਇੱਕ ਇਲੈਕਸ਼ਨ ਅਸੀਂ ਸਿਆਲ ਚ ਲੜੀ ਸੀ, 2-2 ਡਿਗਰੀ ਤੇ ਜਾਂਦੇ ਸੀ, 7 ਵਜੇ ਚੱਲ ਜਾਂਦੇ ਡੋਰ ਟੂ ਡੋਰ ਕਰ, ਸਮਝ ਗਏ। ਹਾਂਜੀ ਠੀਕ ਆ, ਉਹਨਾਂ ਆਪੇ ਗਿਆ ਯਾਰ ਟੱਟੀਆਂ ਲੱਗ ਗਿਆ, ਅਸੀਂ ਥੋੜੀ ਗਈ ਆ, ਆਪੇ ਗਿਆ। ਮੈਂ ਤਾਂ ਸਵੇਰੇ ਦੇਖਣ ਡਿਆ ਉਹ ਆਪੇ ਕਹੀ ਜਾਂਦੇ ਕਿ ਅੱਜ ਮਜੀਠੀਆ ਸਾਹਿਬ ਜਾਣਗੇ ਜੀ। ਮੈਂ ਤਾਂ ਤੁਹਾਡੇ ਯਾਰ ਚੈਨਲ ਤੋਂ ਦੇਖਿਆ, ਤੁਸੀਂ ਲਾਉਂਦੇ ਹੋ, ਆਪੇ ਕਹੀ ਜਾਂਦੇ। ਅੱਜ ਸੁਖਬੀਰ ਥੋੜੀ ਬਿਮਾਰ ਹੋ ਗਏ, ਹੁਣ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਹੀ ਜਾਣ ਜਿਹੜਾ ਮਰਜ਼ੀ ਆਵੇ ਜੀ। ਸਾਨੂੰ ਕੋਈ ਦੀਜੀ ਪਰਿਵਾਰ ਬਚਾਊ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ। ਅਜੇ ਤੇ ਮੇਰਾ ਖਿਆਲ ਰਹਿੰਦੇ ਹੋਣਾ, ਅੱਧਾ ਪੰਜਾਬ ਰਹਿੰਦਾ ਹੋਣਾ, ਤੇ ਪਤਾ ਨੀ ਹੋਰ ਕਿਹੜੀ ਕਿਹੜੀ ਬਿਮਾਰੀ ਆ ਜੇ। ਮਾਤਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ।
ਉਹ ਸਿਹਤ ਠੀਕ ਹਨ ਤੇ ਸਰ ਜਿਹੜੀ ਅਕਾਲੀ ਦਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਦਾ ਵੀ ਕੀ ਹਾਲਤ ਹੋ ਰਹੀ ਹੈ।